ਇੱਕ ਨੂੰ ਦੁਬਾਰਾ ਫੇਰ ਪਾਉਣਗੇ। ਸਭ ਤੋਂ ਪਹਿਲਾਂ ਜੇ ਤੁਸੀਂ ਗੁੰਡਾਗਰਦੀ ਦੀ ਗੱਲ ਕਰੋਗੇ, ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਖਡੂਰ ਸਾਹਿਬ ਸੀਟ 'ਤੇ, ਅੰਮ੍ਰਿਤਪਾਲ ਜਿੱਤੂਗਾ, ਫਲਾਨਾ ਹਾਰੂਗਾ, ਅਤੇ ਇਹ ਜਿੰਨਾ ਵੀ ਗੈਂਗਸਟਰਵਾਦ ਸੀ, ਨਸ਼ੇੜੀ ਸੀ, ਗੁੰਡਾਗਰਦੀ ਸੀ, ਇਹ ਖਡੂਰ ਸਾਹਿਬ 'ਤੇ ਹੋਈ। ਨੰਬਰ 2 'ਤੇ ਫਰੀਦਕੋਟ ਦੀ ਸੀਟ ਸੀ, ਜਿੱਥੇ ਸਰਬਜੀਤ ਸਿੰਘ ਨੂੰ ਜਿਤਾਉਣ ਵਾਸਤੇ ਬੜਾ ਜ਼ੋਰ ਲਾਇਆ, ਇੰਦਰਾ ਗਾਂਧੀ ਮਾਰੀ ਸੀ, ਫਲਾਨਾ ਕੀਤਾ ਸੀ, ਇਹੋ ਜਿਹੀਆਂ ਅਫਵਾਹਾਂ ਉਡਾ ਕੇ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ ਸੀ। ਜਾਣੀ ਕਿ ਕੌਮ ਦੇ ਨਾਂ 'ਤੇ ਜਿਹਨੇ ਗੁੰਡਾਗਰਦੀ ਇਹਨਾਂ ਸੀਟਾਂ 'ਤੇ ਹੋਈ ਹੈ ਨਾ, ਇਹ ਸਾਰੇ ਸਲਾਰੂ ਸੀ, ਨਸ਼ੇੜੀ ਸੀ, ਅਤੇ 4 ਤਰੀਕ ਨੂੰ ਸਭ ਠੰਡੇ ਹੋ ਕੇ ਬਹਿ ਜਾਣਗੇ। ਨੰਬਰ 3 ਸੀਟ ਆਉਂਦੀ ਹੈ ਸੰਗਰੂਰ, ਜਿੱਥੇ ਸਿਮਰਜੀਤ ਮਾਨ ਖੱਚ ਨੂੰ, ਜਿਹੜੇ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਸੀ, ਅਤੇ ਸਵੀਲ ਲਾਈ ਗਈ ਅਤੇ ਬਾਅਦ ਦੇ ਵਿੱਚ ਉਹ ਬੰਦ ਕਰਾਇਆ ਗਿਆ। ਅਤੇ ਇੰਦਰਾ ਗਾਂਧੀ ਮਾਰੀ ਸੀ, ਫਲਾਨਾ ਕੀਤਾ ਸੀ, ਇਹੋ ਜਿਹੀਆਂ ਅਫਵਾਹਾਂ ਉਡਾ ਕੇ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ ਸੀ। ਜਾਣੀ ਕਿ ਕੌਮ ਦੇ ਨਾਂ 'ਤੇ ਜਿਹਨੇ ਗੁੰਡਾਗਰਦੀ ਇਹਨਾਂ ਸੀਟਾਂ 'ਤੇ ਹੋਈ ਹੈ ਨਾ, ਇਹ ਸਾਰੇ ਸਲਾਰੂ ਸੀ, ਨਸ਼ੇੜੀ ਸੀ, ਅਤੇ 4 ਤਰੀਕ ਨੂੰ ਸਭ ਠੰਡੇ ਹੋ ਕੇ ਬਹਿ ਜਾਣਗੇ। ਨੰਬਰ 3 ਸੀਟ ਆਉਂਦੀ ਹੈ ਸੰਗਰੂਰ, ਜਿੱਥੇ ਸਿਮਰਜੀਤ ਮਾਨ ਖੱਚ ਨੂੰ, ਜਿਹੜੇ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਸੀ, ਉਹਦੀ ਜਿੱਤ ਜਿੱਤ ਕਰਦੇ ਰਹੇ। ਅਤੇ ਇਹ ਤਿੰਨੇ ਹੀ ਬੰਦੇ ਹਾਰਨਗੇ, ਇਹ ਮੈਂ ਗਰੰਟੀ ਨਾਲ ਕਹਿੰਦਾ। ਅਤੇ ਜਿਹੜੇ ਪਿੱਛੇ ਇਹਨਾਂ ਦੇ ਗੁੰਡਾਗਰਦੀ ਕਰਨ ਵਾਲੇ ਸੀ ਨਾ, ਉਹ ਸਾਰੇ ਠੰਡੇ ਹੋ ਜਾਣਗੇ। ਮੈਂ ਕਿਉਂ ਬੇਨਤੀ ਕੀਤੀ ਹੈ, ਕਿਉਂਕਿ ਜਿਹੜੇ ਬੰਦੇ ਭਿੰਡਰਾਂ ਵਾਲੇ ਦੇ ਪਿੱਛੇ ਲੱਗੇ ਹੈ, ਅੰਮ੍ਰਿਤਪਾਲ ਦੇ ਪਿੱਛੇ ਲੱਗੇ ਨੇ, ਜਾਂ ਦੀਪ ਸਿੱਧੂ ਦੇ ਪਿੱਛੇ ਲੱਗੇ ਸੀ, ਇਹ ਸਭ ਖੱਚਾਂ ਨੇ। ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਮਤਲਬ ਨਹੀਂ। ਭਿੰਡਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਿਲਕੁਲ ਨਹੀਂ ਮੰਨਿਆ। ਜਿੰਨੀ ਗੁੰਡਾਗਰਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਸ ਬੰਦੇ ਨੇ ਕਰਵਾਈ ਹੈ, ਇਹ ਮੈਂ ਸ਼ਰੇਆਮ ਕਹਿੰਦਾ। ਅਤੇ ਦੂਜੀ ਗੱਲ, ਜਿਹੜੀ ਗੁੰਡਾਗਰਦੀ ਅੰਮ੍ਰਿਤਪਾਲ ਨੇ ਕੀਤੀ ਸੀ, ਅਤੇ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਗਿਆ, ਅਤੇ ਉਹਦੇ ਨਾਲ ਗੁੰਡਾਗਰਦੀ ਆਮ ਸ਼ਲਾਰੂਆਂ ਨੇ ਵੀ ਕੀਤੀ। ਹਾਲਾਂਕਿ ਅੰਮ੍ਰਿਤਧਾਰੀ ਘੱਟ ਸੀ, ਗੋਲਪਰ ਨੇ ਬੰਨ ਲਏ, ਕਿਰਪਾਨਾਂ ਹੱਥਾਂ ਵਿੱਚ ਫੜ ਲਈਆਂ, ਅਤੇ ਗੁੰਡਾਗਰਦੀ ਗਾਲੀ ਗਲੋਚ ਫੇਸਬੁੱਕ 'ਤੇ ਕਿੰਨਾ ਕੀਤਾ, ਇਹ ਸ਼ਰੇਆਮ ਸਭ ਨੂੰ ਪਤਾ। ਅਤੇ ਜਦੋਂ ਸਰਬਜੀਤ ਖਾਲਸੇ ਦੀ ਗੱਲ ਕਰਦੇ ਹੋ, ਅਤੇ ਉਹਨੂੰ ਮਾਂ ਦੇ ਪੁੱਤ ਨੂੰ ਗੁਰਮਤਿ ਬਾਰੇ ਇੱਕ ਕਿਣਕਾ ਵੀ ਪਤਾ ਨਹੀਂ। ਜਿੱਥੇ ਮਰਜ਼ੀ ਸਪੀਚਾਂ ਸੁਣ ਕੇ ਦੇਖ ਲਓ, ਬਸ ਇੱਕੋ ਹੀ ਗੱਲ, ਮੇਰੇ ਪਿਤਾ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਦਰਬਾਰ ਸਾਹਿਬ ਦਾ ਬਦਲਾ ਲਿਆ ਸੀ, ਬਸ ਆਹੀ ਗੱਲਾਂ ਇਹਨਾਂ ਦੇ ਕੰਨਾਂ ਵਿੱਚ ਭਰੀਆਂ। ਜਾਣੀ ਕਿ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਉਹਨੂੰ ਕਿਵੇਂ ਉਭਾਰਿਆ ਜਾਵੇ, ਉਹਦੇ ਵਿੱਚ ਨਾ ਕੁਛ ਦਲਾਲ ਮੀਡੀਆ ਵੀ ਆਉਂਦਾ। ਮੈਂ ਦਲਾਲ ਤਾਂ ਕਹਿੰਦਾ ਹੁੰਦਾ, ਇਹ ਜਿੱਥੇ ਵੀ ਜਾਂਦੇ ਸੀ, ਅੰਮ੍ਰਿਤਪਾਲ ਤਾਂ ਜਿੱਤ ਗਿਆ ਜੀ, ਸਿਮਰਜੀਤ ਮਾਨ ਜਿੱਤ ਗਿਆ ਜੀ, ਬਸ ਇੰਦਰਾ ਗਾਂਧੀ ਦਾ ਬਦਲਾ ਲੈਣ ਵਾਲਾ ਸਰਬਜੀਤ ਵੀ ਜਿੱਤ ਗਿਆ ਜੀ, ਇਹ ਫੁਕਰੀਆਂ ਮਾਰਦੇ ਰਹੇ। ਅਤੇ ਹੁਣ ਜਿਹੜਾ ਸਰਵੇ ਆ ਰਿਹਾ, ਉਹਦੇ ਵਿੱਚ ਘੱਟੋ ਘੱਟ 9 ਸੀਟਾਂ ਕਾਂਗਰਸ ਨੂੰ ਜਿਤਾ ਰਿਹਾ। ਹਾਲਾਂਕਿ ਮੈਂ ਉਹ ਜਿੱਤਣ ਦੇ ਨਾਲ ਸਹਿਮਤ ਨਹੀਂ, ਕੌਣ ਜਿੱਤਦਾ ਕੌਣ ਹਾਰਦਾ, ਮੈਂ ਬੇਵਾਕੀ ਦੇ ਨਾਲ ਗੱਲ ਕਰਦਾ ਹੁੰਦਾ, ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ। ਪਰ ਜਿਹੜੀ ਗੁੰਡਾਗਰਦੀ ਜੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਉਹ 3 ਸੀਟਾਂ 'ਤੇ ਉਡਾਈਆਂ ਗਈਆਂ। ਕਿਹੜੀਆਂ ਕਿਹੜੀਆਂ? ਪਹਿਲੇ ਨੰਬਰ 'ਤੇ ਆ ਜਾਂਦਾ ਖਡੂਰ ਸਾਹਿਬ, ਜਿੱਥੇ ਅੰਮ੍ਰਿਤਪਾਲ ਦੀ ਕਤੇੜ ਸੀ, ਮੜੀਰ ਸੀ, ਅਤੇ ਆ ਜਿਹੜਾ ਇੱਕ ਕਹਿੰਦਾ ਹੁੰਦਾ ਸੀ ਨਾ, ਆ ਕਿ ਝੋਨੇ ਦਾ ਝਾੜ ਤਾਂ ਘਟਿਆ ਬਈਏ, ਕਹਿੰਦਾ ਬੀੜੀਆਂ ਪੀ ਕੇ ਝੋਨਾ ਲਾਉਂਦੇ ਨੇ, ਅਤੇ ਇਹ ਕਥਾ ਬਾਚ ਕਹਿ ਕੇ ਜੁੱਤੀਆਂ ਦੀ ਘਾਟ ਹੈ ਜੇ ਲੋਕਾਂ ਨੂੰ, ਠੀਕ ਹੈ। ਅਤੇ ਦੂਜੇ ਉੱਥੇ ਜਿਹੜੇ ਆ ਪਰਵਾਨੇ ਵਰਗੇ ਹੋਰ ਬੜੇ ਨੇ ਇੱਥੇ ਨੰਗ ਮਲੰਗ, ਜਿਹੜੇ ਮੈਂ ਇਹ ਗੱਲ ਤਾਂ ਵਰਤਾਂ ਕਿਉਂਕਿ ਸਾਰੇ ਨੰਗ ਮਲੰਗ ਇਸ ਕਰਕੇ, ਕੋਈ ਐਨ ਜੀ ਓ ਚਲਾਉਂਦਾ, ਕੋਈ ਕੁਛ ਕਰਦਾ, ਜਾਣੀ ਕਿ ਲੋਕਾਂ ਦੀਆਂ ਰੋਟੀਆਂ 'ਤੇ ਪਲਣ ਵਾਲੇ ਸਾਰੇ, ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਪੰਜਾਬ ਨੂੰ ਅੱਗ ਕਿੱਦਾਂ ਲਾਈ ਜਾਵੇ, ਕਿੱਦਾਂ ਮਾਹੌਲ ਖਰਾਬ ਕੀਤਾ ਜਾਵੇ, ਬਸ ਕੱਲ੍ਹ ਦਾ ਦਿਨ ਬਾਕੀ ਹੈ, ਸਭ ਨੇ ਠੰਡੇ ਹੋ ਕੇ ਬਹਿ ਜਾਣਾ। ਇਹ ਮੈਂ ਗੱਲ ਕਿਉਂ ਕਹੀ ਹੈ, ਕਿਉਂਕਿ ਦਲਾਲ ਮੀਡੀਏ ਨੇ ਇਹਨਾਂ ਨੂੰ ਉਭਾਰਨ ਵਾਸਤੇ ਕੋਈ ਕਸਰ ਛੱਡੀ ਹੀ ਨਹੀਂ, ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਖਡੂਰ ਸਾਹਿਬ ਦਾ ਜਿਹੜਾ ਹਲਕਾ ਹੈਗਾ ਨਾ, ਉਹ ਸਭ ਤੋਂ ਵੱਧ ਅੱਤਵਾਦਤ ਪਾਇਆ ਹੋਇਆ ਹਲਕਾ ਹੈ। 84 ਦੀ ਗੱਲ ਅਸੀਂ ਕਰਦੇ ਹਾਂ, ਕਾਂਗਰਸ 'ਚ ਤਵੇ ਲਾਏ ਗਏ,
ਪਰ ਮੈਂ ਬੇਨਤੀ ਕਰਦਾ, ਉਸ ਵਕਤ ਜਿਹੜੇ ਹਾਲਾਤ ਖਾੜਕੂ ਬਾਦ ਦੇ ਨਾਂ 'ਤੇ ਹੋਏ ਸੀ ਨਾ, ਵਿਗੜੇ ਸੀ, ਜਿਹੜਾ ਨੌਜਵਾਨ ਦਾ ਘਾਣ ਹੋਇਆ ਸੀ, ਜਾਂ ਅੱਤਵਾਦ ਜਿਹੜੇ ਦੌਰ ਵਿੱਚ ਆਏ ਸੀ, ਉਹ ਲੋਕ ਭੁੱਲੇ ਨਹੀਂ, ਅਤੇ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਸੀ ਕਿ ਕਿਵੇਂ ਪੰਜਾਬ ਨੂੰ ਅੱਗ ਲਾਈਏ। ਪਰ ਮੈਂ ਬੇਨਤੀ ਕਰਦਾ, ਇਹ ਤਿੰਨੇ ਨਾ ਜਿਹੜੀਆਂ ਕਤੀੜਾਂ ਸੀ, ਭਾਵੇਂ ਅੰਮ੍ਰਿਤਪਾਲ ਹੋਵੇ, ਸਰਬਜੀਤ ਵੀ ਨਾਲ ਆਉਂਦਾ, ਅਤੇ ਭਾਵੇਂ ਸਿਮਰਿਤ ਮਾਨ ਹੋਵੇ, ਇਹ ਸਾਰੇ ਹਾਰਨਗੇ, ਸੱਚਾਈ ਹੈ। ਦੂਜੀ ਗੱਲ, ਇੱਕ ਕਤੀੜ ਨੇ ਨਾ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੂੰ ਫੋਨ ਲਾਇਆ, ਕਹਿੰਦਾ ਤੇਰਾ ਪੁੱਤ ਤਾਂ ਖਾਲਿਸਤਾਨ ਦੀ ਗੱਲ ਕਰਦਾ ਸੀ, ਤੂੰ ਕਾਂਗਰਸ ਦੀ ਗੱਲ ਕਰਦਾ। ਉਹ ਕਤੀੜੋ, ਕਿਹੜੇ ਖਾਲਿਸਤਾਨ ਦੀ ਗੱਲ ਕਰਦੇ ਹੋ ਤੁਸੀਂ? ਕਿਹੜਾ ਖਾਲਿਸਤਾਨ ਬਣਾਉਣਾ ਚਾਹੁੰਦੇ ਤੁਸੀਂ? ਜੇ ਦੋ ਗਾਣਿਆਂ ਵਿੱਚ ਨਾ ਜੇਕਰ ਕਰਤਾ ਤਾਂ ਉਹ ਖਾਲਿਸਤਾਨੀ ਸੀ? ਜਾਣ ਬੁੱਝ ਕੇ ਤੁਸੀਂ ਪਿਓ ਨੂੰ ਫੋਨ ਲਾਉਂਦੇ ਹੋ, ਜਾਣੀ ਕਿ ਸਾਰੀਆਂ ਕਤੀੜਾਂ ਜਿਹੜੀਆਂ ਹੈਗੀਆਂ ਨੇ ਨਾ, ਇਹ ਇਹਨਾਂ ਨੇ ਬਸ, ਤੁਸੀਂ ਕੱਲ੍ਹ ਦੀ ਵੇਟ ਕਰੋ, ਦੇਖੀ ਕਿਵੇਂ ਸੁਸਰੀ ਵਾਂਗੂ ਸੌਂ ਜਾਣਗੀਆਂ, ਕਿਵੇਂ ਠੰਡੇ ਹੋਣਗੇ। ਫਿਰ ਇਹਨੇ ਕਹਿਣਾ ਮਸ਼ੀਨਾਂ ਵਿੱਚ ਘਬੜਾ ਕਰਤਾ, ਭਾਈ ਸਾਹਿਬ ਨੇ ਏਜੰਸੀਆਂ ਨੂੰ ਹਰਾਤਾ। ਭਾਈ ਇੱਕ ਹੁਣ ਗੱਲ ਆਵੇਗੀ, ਕਹਿੰਦੇ ਫਰੀਦਕੋਟ ਜਿਹੜੀਆਂ ਉਹ ਮਸ਼ੀਨਾਂ ਸੀ ਉਹ ਅੱਧੀ ਰਾਤ ਤੱਕ ਆਈਆਂ ਨੇ, ਕਹਿੰਦੇ ਪਤਾ ਨਹੀਂ ਕਿੱਥੇ ਲੈ ਕੇ ਘੁੰਮਦੇ ਰਹੇ। ਫਿਰ ਇਹਨੇ ਬਹਾਨਾ ਲਾ ਦੇਣਾ, ਮਸ਼ੀਨਾਂ ਵਿੱਚ ਘਬੜਾ ਹੋ ਗਿਆ ਜੀ, ਭਾਈ ਸਾਹਿਬ ਨਾਲ ਏਰਾ ਫੇਰੀ ਕਰਤੀ ਏਜੰਸੀਆਂ ਨੇ। ਤੁਹਾਡੀ ਜਿਹੜੀ ਕਤੀੜਾਂ ਵਾਲੀ ਸੋਚ ਹੈ ਨਾ, ਅਤੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੀ। ਮੈਂ ਜਿਹੜੀ ਪਹਿਲਾਂ ਗੱਲ ਕਰੀ ਸੀ ਉਹ ਗੱਲ ਕਹਿ ਕੇ ਸਮਾਪਤੀ ਕਰਨੀ ਹੈ। ਜਿਹੜੀਆਂ ਕਤੀੜਾਂ ਪਹਿਲਾਂ ਭਿੰਡਰਾਂ ਵਾਲੇ ਪਿੱਛੇ ਲੱਗੀਆਂ ਸੀ, ਅਤੇ ਬਾਅਦ ਵਿੱਚ ਆ ਅੰਮ੍ਰਿਤਪਾਲ ਮੂਤਪਾਲ ਦੇ ਪਿੱਛੇ ਲੱਗੀਆਂ ਸੀ, ਅਤੇ ਜਾਂ ਅਸਮਿਤ ਮਾਨ ਦੇ ਪਿੱਛੇ ਲੱਗੀਆਂ ਹੋਈਆਂ, ਇਹ ਸਾਰੀਆਂ ਕਤੀੜਾਂ ਦਾ ਸਿੱਖ ਕੌਮ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਆ ਜਿਹੜੇ ਪਿੱਛੇ ਹੁਣ ਕੰਪੇਨ ਕਰਦੇ ਸੀ, ਇਹਨਾਂ ਨੇ ਪੈਸੇ ਪੂਸੇ ਇਕੱਠੇ ਕਰਨ ਤੱਕ ਕੋਈ ਕਸਰ ਨਹੀਂ ਛੱਡੀ, ਭਾਵੇਂ ਸਰਬਜੀਤ ਦੇ ਪਿੱਛੇ ਹੋਣ, ਭਾਵੇਂ ਅੰਮ੍ਰਿਤਪਾਲ ਦੀਆਂ ਕਤੀੜਾਂ ਹੋਣ, ਇਹ ਪੈਸੇ ਇਕੱਠੇ ਕਰਨ ਵਾਲੀਆਂ ਸੀ, ਭਾਵੇਂ ਆ ਲੱਖੇ ਦੀਆਂ ਕਤੀੜਾਂ ਹੋਣ। ਕੱਲ੍ਹ ਲੱਖੇ ਨੂੰ ਕਹਿ ਜਾਣ ਲੱਖਾ ਤਾਂ ਜਿੱਤ ਗਿਆ, ਅਤੇ ਲੱਖਾ ਨਾ 13 'ਚੋਂ ਨਾ 3 'ਚੋਂ ਦੌੜ ਵਿੱਚ ਹੀ ਨਹੀਂ ਹੈਗਾ ਸੀ, ਜਾਣੀ ਕਿ ਸਾਰਿਆਂ ਦੇ ਨਾ ਹੁਣ ਕਾਲਜੇ ਠੰਡ ਪੈ ਜਾਣੀ ਹੈ 4 ਤਰੀਕ ਨੂੰ, ਚੇਤੇ ਰੱਖੋ ਤੁਸੀਂ ਮੇਰੀ ਗੱਲ, ਮੈਂ ਤਾਂ ਗੱਲ ਕਹੀ ਹੈ। ਜਾਣੀ ਕਿ ਇਹ ਗੱਲ ਮੈਂ ਤਾਂ ਕੀਤੀ ਹੈ, ਇਹਨਾਂ ਨੇ ਕੌਮ ਨੂੰ ਬਦਨਾਮ ਕਰਨ ਵਾਸਤੇ ਜਾਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਸਤੇ ਜਾਂ ਕਹਿ ਲਈਏ ਸੱਭਿਆਚਾਰਕ ਜਿਹੜਾ ਸੀ ਉਹਨੂੰ ਵਿਗਾੜਨ ਵਾਸਤੇ ਗਾਲੀ ਗਲੋਚ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਾਂ ਦੇ ਪੁੱਤਾਂ ਨੇ। ਅਤੇ ਹੁਣ 4 ਤਰੀਕ ਨੂੰ ਨਾ, ਅਤੇ ਦੇਖਿਓ ਤੁਸੀਂ ਕਿਵੇਂ ਖੂੰਜੇ ਲੱਗਦੇ ਨੇ, ਅਤੇ ਮੈਂ ਵੀਡੀਓ 4 ਤਰੀਕ ਨੂੰ ਦੁਬਾਰਾ ਫੇਰ